ਦੇ ਟਾਕੀਆਂ ਤੇ ਸਕ੍ਰੈਚ ਇਹ ਨਵੀਂ ਗੱਡੀ ਹੈ ਜੀ ਨਵੀਂ ਗੱਡੀ ਹੈ ਹੋਰ ਦਿਖਾਓ ਖੋਲ ਕੇ ਕਿੱਥੇ ਹੈ ਸਕ੍ਰੈਚ ਹੁਣ ਪਏ ਆ ਸਰ ਪਹਿਲਾਂ ਗੱਡੀ ਅੰਦਰੋਂ ਸਾਰਾ ਇੱਥੇ ਜੱਟ ਅੰਦਰੋਂ ਦਿੱਕਤ ਕੀ ਹੋ ਰਹੀ ਸਾਰਾ ਬਦਲ ਬਦਲ ਕੇ ਗੱਡੀਆਂ ਨਵੀਆਂ ਲੋਕਾਂ ਨੂੰ ਡਿਲੀਵਰ ਕਰ ਰਹੇ ਮੇਨ ਗੱਲ ਇਹ ਆ ਤੇ ਨੋਵਲਟੀ ਵਾਲਿਆਂ ਦੇ ਇੱਥੇ ਕੋਈ ਪੁੱਛ ਪੜਤਾਲ ਨਹੀਂ ਕੋਈ ਪ੍ਰਸ਼ਾਸਨ ਕੋਈ ਕਿਸੇ ਨੂੰ ਜਮਾਂ ਹੀ ਗੁੰਡਾਗਰਦੀ ਚੱਲ ਰਹੀ ਆ ਆ ਨਵੀਂ ਗੱਡੀ ਆ ਖੜਾਈਆਂ ਐਨੀ ਲਾ ਲਓ ਜੀ ਇੱਕ ਦਿਨ ਜਿਵੇਂ ਇਹਨਾਂ ਦੇ ਅੰਦਰ ਕਹਿੰਦੇ ਨੇ ਵੀ ਚਾਸੀ ਹੋਈ ਥੱਲੇ ਬਿੰਗੀ ਹੈ ਜੀ ਵੀ ਸਿੱਧੀ ਵਾਲਾ ਕੰਮ ਹੀ ਨਹੀਂ ਹੋ ਸਕਦਾ ਆ ਲਓ ਜੀ ਵੱਡਾ ਫਰਾਡ ਹੋ ਗਿਆ ਏ ਨਵੀਂ ਦੀ ਥਾਂ ਪੁਰਾਣੀ ਸਕਾਰਪੀਓ ਦੇਤੀ ਆ ਸ਼ੋਰੂਮ ਵਾਲਿਆਂ ਨੇ ਸ਼ੋਰੂਮ ਵਾਲਿਆਂ ਦੀ ਇਹ ਘਟੀਆ ਕਰਤੂਤ ਫੜੀ ਗਈ ਹੈ ਨੌਜਵਾਨਾਂ ਨੇ ਕੰਪਨੀ ਦੇ ਬਾਹਰ ਸ਼ੋਰੂਮ ਦੇ ਬਾਹਰ ਹੰਗਾਮਾ ਕੀਤਾ ਏ ਸ਼ੋਰੂਮ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਕੁਝ ਨਹੀਂ ਪਤਾ ਉੱਪਰ ਕੰਪਨੀ ਨੂੰ ਨੋਟਿਸ ਕਰ ਦਿੱਤਾ ਗਿਆ ਹੈ ਉੱਥੋਂ ਹੁਣ ਪਤਾ ਚੱਲਣ ਤੋਂ ਬਾਅਦ ਹੀ ਕੁਝ ਸਾਹਮਣੇ ਆਏਗਾ ਦਰਅਸਲ ਇਹ ਹੰਗਾਮਾ ਲੁਧਿਆਣਾ ਦਿੱਲੀ ਰੋਡ 'ਤੇ ਬਣੇ ਮਹਿੰਦਰਾ ਦੇ ਸ਼ੋਰੂਮ ਦੇ ਬਾਹਰ ਹੋ ਰਿਹਾ ਹੈ ਜਿੱਥੋਂ ਨੌਜਵਾਨ ਨੇ ਕੁਝ ਸਮੇਂ ਪਹਿਲਾਂ ਮਹਿੰਦਰਾ ਦੀ ਨਵੀਂ ਸਕਾਰਪੀਓ ਐਨ ਕਢਵਾਈ ਸੀ ਤਾਂ ਨੌਜਵਾਨ ਦੇ ਕੋਈ ਦਿੱਕਤ ਆਉਣ ਲੱਗੀ ਸਕਾਰਪੀਓ ਐਨ ਦੇ ਵਿੱਚ ਜਦ ਉਸਨੇ ਚੈੱਕ ਕਰਵਾਇਆ ਤਾਂ ਪਤਾ ਚੱਲਿਆ ਕਿ ਗੱਡੀ ਪਹਿਲਾਂ ਤੋਂ ਹੀ ਐਕਸੀਡੈਂਟਲ ਹੈ ਯਾਨੀ ਕਿ ਗੱਡੀ ਦੁਰਘਟਨਾਗ੍ਰਸਤ ਪਹਿਲਾਂ ਤੋਂ ਹੀ ਹੈ ਪਹਿਲਾਂ ਤੋਂ ਹੀ ਠੁੱਕੀ ਹੋਈ ਗੱਡੀ ਨੂੰ ਸਹੀ ਕਰਕੇ ਨੌਜਵਾਨ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਅੱਗ ਬਬੂਲਾ ਹੋ ਜਾਂਦਾ ਹੈ ਕਿਉਂਕਿ ਪੈਸੇ ਉਸਨੇ ਨਵੀਂ ਦੇ ਭਰੇ ਨੇ ਅਤੇ ਗੱਡੀ ਉਸਨੂੰ ਪੁਰਾਣੀ ਮਿਲ ਰਹੀ ਹੈ ਕੋਈ ਵੀ ਗੁੱਸਾ ਕਰੇਗਾ ਉਸੇ ਤਰੀਕੇ ਦੇ ਨਾਲ ਨੌਜਵਾਨਾਂ ਨੇ ਗੱਡੀ ਦੇ ਸ਼ੋਰੂਮ ਬਾਹਰ ਇਹ ਦੇਖੋ ਕਿਵੇਂ ਸ਼ੋਰ ਪਾਇਆ ਹੰਗਾਮਾ ਕੀਤਾ ਇਨਸਾਫ ਮੰਗਿਆ ਪੁਲਿਸ ਵੀ ਮੌਕੇ 'ਤੇ ਸੱਦ ਲਈ ਗਈ ਤਾਂ ਦੱਸਦੀਏ ਕਿ ਮਹਿੰਦਰਾ ਸ਼ੋਰੂਮ ਦੇ ਜਨਰਲ ਮੈਨੇਜਰ ਦਾ ਕਹਿਣਾ ਹੈ ਕਿ ਉਹਨਾਂ ਨੇ ਕੰਪਨੀ ਦੇ ਨਾਲ ਗੱਲਬਾਤ ਕੀਤੀ ਹੈ ਰਿਪੋਰਟ ਭੇਜ ਦਿੱਤੀ ਗਈ ਹੈ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੰਪਨੀ ਦੇ ਵੱਲੋਂ ਕੀ ਰਿਸਪੋਂਸ ਆਉਂਦਾ ਜੇ ਗੱਲ ਕਰੀਏ ਖਰੀਦਦਾਰ ਦੀ ਜਿਹੜਾ ਗੱਡੀ ਦਾ ਮਾਲਕ ਹੈ ਮਨਪ੍ਰੀਤ ਸਿੰਘ ਉਸਨੇ ਕੁਝ ਸਮੇਂ ਪਹਿਲਾਂ ਇਹ ਗੱਡੀ ਖਰੀਦੀ ਸੀ ਗੱਡੀ ਦੇ ਵਿੱਚ ਨੁਕਸ ਆਇਆ ਗੱਡੀ ਚੈੱਕ ਕਰਾਈ ਤਾਂ ਪਤਾ ਚੱਲਿਆ ਕਿ ਪਹਿਲਾਂ ਤੋਂ ਹੀ ਐਕਸੀਡੈਂਟਲ ਹੈ ਯਾਨੀ ਕਿ ਪਹਿਲਾਂ ਤੋਂ ਹੀ ਗੱਡੀ ਦਾ ਐਕਸੀਡੈਂਟ ਹੋ ਚੁੱਕਿਆ ਹੈ ਤਾਂ ਕੰਪਨੀ ਐਡੀ ਵੱਡੀ ਗਲਤੀ ਕਿਵੇਂ ਕਰ ਸਕਦੀ ਹੈ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਆਹ ਮੌਕੇ 'ਤੇ ਜਿਹੜਾ ਹੰਗਾਮਾ ਹੋਇਆ ਜਾਣਦੇ ਹਾਂ ਗੱਡੀ ਦੇ ਮਾਲਕ ਤੋਂ ਅਤੇ ਮੈਨੇਜਰ ਦੀ ਕੀ ਸਫਾਈ ਹੈ ਉਹ ਵੀ ਸੁਣੋ 21 ਮਾਰਚ ਨੂੰ ਸ਼ਾਮ ਨੂੰ 7:30 ਮੈਨੂੰ ਡਿਲੀਵਰੀ ਮਿਲੀ ਸੀਗੀ ਅਤੇ ਮੈਂ ਗੱਡੀ ਘਰ ਲੈ ਗਿਆ ਅਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਲ ਈਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ 'ਚ ਪ੍ਰੋਬਲਮ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਬਈ ਕੱਲ ਨੂੰ ਆ ਜਾਇਓ ਤੁਸੀਂ 23 ਤਰੀਕ ਨੂੰ ਅਤੇ ਅਸੀਂ ਵੈਰੀ ਨਾਈਟ 30 ਤਰੀਕ ਨੂੰ ਜਦੋਂ ਆਏ ਗੱਡੀ 23 ਤਰੀਕ ਦੀ ਇੱਥੇ ਖੜੀ ਆ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ Z4 ਖੜਾ ਕੇ ਉਹਦੇ ਪਾਰਟ ਸਾਰੇ ਚਿਮਟੇ ਉਹਨਾਂ ਦੇ ਦੋਨੀ ਸ਼ੌਕਰ ਦੋਨੀ ਚਿਮਟੇ ਗੱਡੀ ਦੇ ਸਟੀਅਰਿੰਗ ਰੋਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਇਹਨਾਂ ਤੋਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਾਇਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਬੁਲਾਏ ਇੰਜੀਨੀਅਰ ਵੀ ਉਹ ਆਉਣਗੇ ਤੁਹਾਡੀ ਗੱਡੀ 'ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਮੈਨੂੰ 4:30 ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ 3:30 ਨੂੰ ਆ ਕੇ ਦੇਖ ਗਿਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਨੂੰ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਅਤੇ ਹੁਣ ਇਹਨਾਂ ਇਹ ਕਹਿੰਦੇ ਆ ਵੀ ਕੱਲ੍ਹ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਦਾ ਡਿਫੈਕਟਡ ਪੀਸ ਆ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖੁਆਰ ਕਰ ਰਹੇ ਆ 16 ਲੱਖ ਰੁਪਇਆ ਗੱਡੀ 'ਤੇ ਲਾਇਆ
ਇੱਕ ਬਾਈ ਜੀ ਇਹ ਥਾਰ ਲੈਣ ਆਏ ਸੀ ਸਰ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਹੈ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਦੇ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਹੈ ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਨਾ ਗਿਆ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਸਰ ਮੰਗਾਂ ਮੇਰੀ ਮੈਂ ਗੱਡੀ 'ਤੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਤੋਂ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਨਵੀਂ 'ਤੇ ਪੈਸਾ ਲਾਇਆ ਪੁਰਾਣੀ 'ਤੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨੇ ਕੋਈ ਰਿਸਪੌਂਸ ਨਹੀਂ ਅਸੀਂ ਮੋਰਨਿੰਗ ਆਏ ਆ ਅਮਿਤ ਕਾਲੀਆ ਜੀ ਸੀਗੇ ਉਰੇ ਮੋਰਨਿੰਗ ਦੇ ਇੱਥੋਂ ਨਿਕਲ ਗਏ ਨਾ ਸਾਡੇ ਸੀਗੇ 5 ਮਿੰਟ ਅੱਗੇ ਗੱਲ ਕਰ ਲਓ ਸਾਨੂੰ ਕੋਈ ਰਿਟਰਨ 'ਚ ਦੇ ਦਿਓ ਕੋਈ ਇੰਨਾ ਫੋਨ ਚੱਕ ਰਿਹਾ ਹੁਣ ਉਰੇ ਆ ਨਹੀਂ ਸਵੇਰ ਦੇ ਬੈਠਿਆਂ ਦੀ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆਇਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਦੋ ਗੱਡੀਆਂ ਇੱਕ ਨਵੀਂ ਗੱਡੀ ਲੈਣ ਆਏ ਬ੍ਰਦਰ ਉਰੇ ਉਹਨਾਂ ਦੇ ਪੱਲੇ ਪੇਂਟ ਨੇ ਗੱਡੀ ਦੇ ਪੱਲੇ ਪੇਂਟ ਸੀਗੇ ਉਹ ਵੀ ਹੁਣ ਡਿਸਪਿਊਟ ਪਿੱਛੇ ਚੱਲਦੇ ਆ ਜਿਹੜਾ ਪਿੱਛੇ ਗੱਡੀ ਦੇ ਸਕਾਰਪੀਓ ਐਨ ਗੱਡੀ ਆ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਨਵੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਇੱਕ ਤਰ੍ਹਾਂ ਦੇ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ ਪਾਰਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਹੈ ਇਹ ਕਾ ਲਗਾ ਹੋਇਆ ਹੈ ਹੈੱਡ ਲਾਈਟ ਜਿਸ ਤਰ੍ਹਾਂ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ 'ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੀ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ 'ਤੇ ਇੰਨਾ ਯਕੀਨ ਕਰਦੇ ਹਾਂ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਂਸਲ ਕਰਾਈ ਆ ਉਹਨਾਂ ਦੀ ਗੱਡੀ ਜਦੋਂ ਖੋਲੀ ਉਹਦੇ ਡੈਂਟ ਡੁੰਟ ਹੈਗੇ ਉਹਦਾ ਪਿੰਡ ਉਤਰਿਆ ਹੋਇਆ ਸਾਰਾ ਕਲਿੱਪ ਵਗੈਰਾ ਤੁਹਾਡੇ ਕੋਲ ਹੈਗੀ ਹਾਂਜੀ ਹਾਂਜੀ ਉਹ ਨਾਲ ਹੀ ਖੜੀ ਗੱਡੀ ਦੇਖ ਲਓ ਤੁਸੀਂ ਗੱਡੀ ਖੜੀ ਹੋਈ ਖੜੀ ਆ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪੀਓ ਲਈ ਹੈ ਸਕਾਰਪੀਓ ਲਈ ਹਾਂ ਅੱਜ ਡਿਲੀਵਰੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਪਿੰਡ ਪਰ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਈ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੁਣ ਕੋਈ ਸੁਣਵਾਈ ਨਹੀਂ ਹੈਗੀ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਇਹੀ ਲੈ ਜਾਓ ਜੀ ਨੰਬਰ ਲੱਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ 2-3 ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਜਿਹੜੀਆਂ ਹੁੰਦੀਆਂ ਨੇ ਸ਼ਰਤਾਂ ਉਹ ਤਾਂ ਕਾਫੀ ਔਖੇ ਟਾਈਮ 'ਚ ਲੰਘਦੀਆਂ ਨੇ ਹਾਂਜੀ ਪੂਰੀਆਂ ਕਰਦੇ ਹੁਣ ਪਤਾ ਨਹੀਂ ਹੁਣ ਮੈਨੂੰ ਸਾਡੀ ਤਾਂ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰਿਆ ਹੋਇਆ ਇਹੀ ਅਸੀਂ ਹੋ ਰਹੀ ਗੱਲਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹੁਣ ਦੇਖੋ ਸਾਡੇ ਲਈ ਵਿੱਚ ਨਾ ਉਰੇ ਮਹਿੰਦਰਾ ਜਿਹੜੀ ਨੋਵਲਟੀ ਏਜੰਸੀ ਆ ਉਰੇ ਨਾ ਗੱਡੀ ਜੇ ਲੈਣ ਤੁਸੀਂ ਆਉਂਦੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਵੀ ਵਾਪਸ ਕਰਕੇ ਗਏ ਹੁਣ ਮਕੈਨਿਕ ਨਾਲ ਲੈ ਕੇ ਆਉਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣ ਮਕੈਨਿਕ ਨਾਲ ਲੈ ਕੇ ਆਓ ਤੁਸੀਂ ਪ੍ਰੋਪਰ ਚੈੱਕ ਕਰਕੇ ਇੱਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇੱਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਤੁਹਾਡੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਸਰ ਇਹਨਾਂ ਦੀ ਗੱਡੀ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਦੋਂ ਚੈੱਕ ਕਰਕੇ ਇਹਦਾ ਰਿਵਰਟ ਆਉਣਾ ਪੈਂਡਿੰਗ ਹੈ ਕੱਲ੍ਹ ਤੱਕ ਰਿਵਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ 'ਚ ਐਕਸਪਲੇਨ ਕਰਾਂਗੇ ਕੀ ਨਾਮ ਹੈ ਤੁਹਾਡੀ ਮੇਰਾ ਨਾਮ ਅਮਿਤ ਹੈ ਜੀ ਮੈਂ ਇੱਥੇ ਜਨਰਲ ਮੈਨੇਜਰ ਹਾਂ ਜੀ
ਲੋਕਾਂ ਨੂੰ ਗੱਡੀਆਂ ਐਵੇਂ ਦਿੰਦੇ ਤੁਸੀਂ? ਨਹੀਂ ਨਹੀਂ ਸਰ, ਬਿਲਕੁਲ ਐਕੂਰੇਟ। ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ, ਕੁਛ ਅਗਰ ਕਸਟਮਰ ਨੂੰ ਕੋਈ ਇਸ ਤਰ੍ਹਾਂ ਦਿੱਕਤ ਆ ਰਹੀ ਹੈ, ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ। ਬਿਲਕੁਲ ਐਕੂਰੇਟ, ਨਹੀਂ ਕੋਈ ਚੇਂਜ ਨਹੀਂ ਹੈ ਸਰ, ਇੱਦਾਂ ਦਾ ਕੁਛ ਨਹੀਂ ਹੈ। ਐਵਰੀਥਿੰਗ ਇਜ਼ ਓਕੇ। ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਔਰ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ। ਹਾਂਜੀ ਸਰ, ਦੋ ਕੇਸ ਆਈ ਨੇ। ਨਹੀਂ ਸਰ, ਨਹੀਂ ਸਰ, ਇਹਦੇ ਵਿੱਚ ਕੀ ਹੈ ਕਿ ਜਿਹੜਾ ਟਾਈਮ ਲੱਗਦਾ, ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ, ਈਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਆ ਕੇ ਚੈੱਕ ਕੀਤਾ। ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਰਿਹਾ? ਨਹੀਂ ਸਰ, ਆਰਡਰਿੰਗ ਕੈਨਸਲ ਨਹੀਂ ਹੁੰਦੀ ਸਰ। ਸਰ ਦੇਖੋ, ਕੋਈ ਸੀ ਇੱਕ ਮਕੈਨੀਕਲ ਚੀਜ਼ ਹੈ, ਮਕੈਨੀਕਲ ਚੀਜ਼ ਦੇ ਵਿੱਚ ਅਗਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ, ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ, ਗਰੰਟੀ ਦਿੰਦੀ ਹੈ। ਵਾਰੰਟੀ ਜੋ ਦਿੰਦੀ ਹੈ ਉਸਦੇ ਅੰਡਰ ਸਭ ਕੁਝ ਚੀਜ਼ਾਂ ਓਕੇ ਹੁੰਦੀਆਂ। ਗੱਡੀ ਦੁਬਾਰਾ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ? ਉਹ ਕੰਪਨੀ ਦਾ ਕੱਲ੍ਹ ਡਿਸੀਜ਼ਨ ਆਏਗਾ, ਫਿਰ ਉਸ ਤੋਂ ਬਾਅਦ ਹੀ ਕਲੀਅਰ ਤੁਹਾਨੂੰ ਦੱਸਿਆ ਜਾਏਗਾ। ਠੀਕ ਹੈ, ਥੈਂਕ ਯੂ।